Welcome guys. Welcome back to our channel. Hope everybody's doing fine. Hanji, ਹੋਰ ਸਾਰੇ ਤੁਸੀਂ ਠੀਕ ਹੋ? ਕਿਵੇਂ ਚੱਲ ਰਿਹਾ? ਕੀ ਲਾਈਫ 'ਚ ਅਪਡੇਟ ਹੈ? ਮੇਰੀ ਲਾਈਫ ਦਾ ਅਪਡੇਟ ਸੁਣ ਲਓ ਪਹਿਲਾਂ, ਹਨਾ? ਮੈਂ ਬਹੁਤ ਐਕਸਾਈਟਿਡ ਹਾਂ। ਸੋ ਮੈਂ ਜਾ ਰਹੀ ਹਾਂ ਇੰਡੀਆ। ਯੇ! ਬਹੁਤ ਐਕਸਾਈਟਿਡ ਹਾਂ। ਹੋਪਫੁਲੀ ਜਿੱਦਾਂ ਪਲਾਨ ਕੀਤਾ ਹੈ ਜਰਨੀ ਸਮੂਥ ਰਹੇ ਮੇਰੀ ਔਰ ਸੇਫਲੀ ਪਹੁੰਚ ਜਾ ਸਾਰੀ ਅਮਨ ਜਰਨੀ ਬਹੁਤ ਵਧੀਆ ਰਹੇ ਆਈ ਐਕਸਪੈਕਟ। ਅਤੇ ਆਈ ਮੀਨ ਅਸੀਂ ਹੁਣ ਨਿਕਲ ਗਏ ਹਾਂ LAX ਲਈ ਅਤੇ ਮੈਂ ਆਪਣੀ ਕਿਸੇ ਨੂੰ ਨਹੀਂ ਦੱਸਿਆ। ਮਤਲਬ ਮੈਂ ਇੱਕ ਸਰਪ੍ਰਾਈਜ਼ ਵਿਜ਼ਿਟ ਪਲਾਨ ਕਰ ਰਹੀ ਸੀ ਕੱਲ੍ਹ ਤੋਂ ਕਿ ਅਗਰ ਪਤਾ ਨਹੀਂ ਸੀਗੀ ਕਿ ਬਣੂਗਾ ਨਹੀਂ ਬਣੂਗਾ, ਮਤਲਬ ਜਿਵੇਂ ਸੋਚ ਰਹੇ ਹਾਂ ਉੱਦਾਂ ਪਲਾਨ ਕਰ ਵੀ ਪਾਵਾਂਗੇ ਜਾਂ ਨਹੀਂ, ਬਟ ਸਡਨਲੀ ਐਟ ਦ ਲਾਸਟ ਮੂਮੈਂਟ 'ਤੇ ਪਲਾਨ ਬਣ ਹੀ ਗਿਆ ਔਰ ਰੋਮੀਓ ਨਹੀਂ ਜਾ ਰਿਹਾ ਮੇਰੇ ਬਿਨਾ। ਸੋ ਬੈਸਟ ਟਾਈਮ ਹੈ ਸਾਡੇ ਦੋਨਾਂ ਲਈ ਬੇਸਿਕਲੀ, ਇੱਕ ਦੂਜੇ ਤੋਂ ਥੋੜ੍ਹੀ ਜਿਹੀ ਬ੍ਰੇਕ ਲੜਦੇ ਵੀ ਰਹਿੰਦੇ ਆ ਨਾਲ ਇਕੱਠੇ, ਹੈ ਵੈਲਿਊ ਪਾਵਾਂਗੇ ਇੱਕ ਦੂਜੇ ਦੀ ਜ਼ਿਆਦਾ। ਅਤੇ ਮੈਂ ਬਹੁਤ ਬਹੁਤ ਐਕਸਾਈਟਿਡ ਹਾਂ। ਅਤੇ ਅਸੀਂ ਹੁਣ ਹੋ ਗਏ ਹਾਂ ਇੱਥੋਂ ਨਿਕਲ ਰਹੇ ਹਾਂ ਆਪਣਾ, ਐਕਚੁਅਲੀ ਅਸੀਂ ਨਿਕਲ ਗਏ ਸੀਗੇ ਔਰ ਫਿਰ ਦੇਖਿਆ ਮੇਰਾ ਇੱਕ ਪਾਰਸਲ ਹੁਣੇ ਜਸਟ ਪਹੁੰਚਿਆ ਵਾ ਅਤੇ ਰੋਮੀਓ ਨੇ ਕਿਹਾ ਕਿ ਵਾਈ ਨੋਟ, ਰੋਮੀਓ ਨੂੰ ਲੱਗਿਆ ਕਿ ਵਾਈ ਨੋਟ ਤੂੰ ਪਿੱਕ ਹੀ ਕਰ ਲੈ। ਔਰ ਮੇਰੇ ਨਾ ਬਹੁਤ ਜ਼ਿਆਦਾ ਲਗੇਜ ਜੋ ਐਕਸੀਡ ਕਰ ਰਿਹਾ ਵੇਟ ਉਹਦਾ ਬਹੁਤ ਜ਼ਿਆਦਾ, ਮੈਨੂੰ ਨਹੀਂ ਪਤਾ ਹੁਣ ਉੱਥੇ ਜਾ ਕੇ ਉਹ ਕਿਵੇਂ ਮੈਨੇਜ ਕਰਨਗੇ। ਸੋ ਲੈਟਸ ਸੀ ਔਰ ਦੇਖੋ ਕਿਵੇਂ ਜਾਂਦਾ ਔਰ ਮੈਂ ਟਰਾਈ ਕਰਾਂਗੀ ਵਲੋਗ ਕਰਨ ਦੀ। ਔਰ ਮੇਰੀ ਫਲਾਈਟ ਦੀ ਟਾਈਮਿੰਗਸ ਬਹੁਤ ਜ਼ਿਆਦਾ ਲੰਬੀ ਹੈ ਔਰ ਮੇਰਾ ਜਿਹੜਾ ਹਾਲਟ ਹੈ ਉਹ ਦੋਹਾ ਕਤਰ 'ਤੇ ਹੈ। ਸੋ ਆਈ ਟੇਕ ਯੂ ਗਾਈਸ ਵਿਦ ਮੀ। ਸੋ ਗਾਈਸ ਦੇਖੋ ਮੈਂ ਲੈਸ਼ਿਸ ਕਰਾਈ ਹਾਂ। ਆਈ ਹੋ ਮੈਨੂੰ ਬਹੁਤ ਅੱਛੀਆਂ ਲੱਗ ਰਹੀਆਂ। ਆਮ ਓਬਸੈਸਡ, ਮੈਂ ਬਹੁਤ ਜ਼ਿਆਦਾ ਓਬਸੈਸਡ ਹੋਈ ਹੋਈ ਹਾਂ ਆਪਣੀ ਲੈਸ਼ਿਸ ਨਾਲ ਰਾਈਟ ਨਾਓ। ਅਸੀਂ ਹੁਣ ਪਹੁੰਚੀਏ LAX ਏਅਰਪੋਰਟ ਅਤੇ ਟਾਈਮ ਹੈ 3:00 ਆਲਮੋਸਟ। ਮੈਂ ਬਹੁਤ ਖੁਸ਼ ਹੈ, ਦੋ ਵਾਰੀ ਪੁੱਛ ਚੁੱਕੀ ਹਾਂ ਕੀ ਫੀਲ ਕਰ ਰਹੇ ਹੋ। ਮੈਂ ਸਗੋਂ ਕਹਿ ਰਹੀ ਹਾਂ ਕਿ ਮੈਨੂੰ ਅਜੀਬ ਜਿਹੀ ਫੀਲਿੰਗ ਆ ਰਹੀ ਹੈ ਤੁਹਾਨੂੰ ਛੱਡਦੇ ਹੋਏ। ਇਟਸ ਲਾਈਕ ਨਹੀਂ, ਵਧੀਆ ਇੰਜੋਏ ਕਰੋ ਹਨਾ, ਮੈਂ ਵੀ ਫਨ ਕਰਾਂ ਤੁਸੀਂ ਵੀ ਫਨ ਕਰੋ। ਨਹੀਂ ਇੱਦਾਂ ਕਿਹਾ, ਮੈਨੂੰ ਫੀਲਿੰਗ ਤਾਂ ਹੁੰਦੀ ਹੋਈ ਹੈ ਕਿ ਨਹੀਂ ਬਹੁਤ ਜਲਦੀ ਜਲਦੀ ਚ ਸਭ ਕੁਛ ਕੀਤਾ। ਆਈ ਵੀ ਬਹੁਤ ਜਲਦੀ ਜਲਦੀ ਚ ਸੀਗੀ ਏਦਾਂ ਹੀ ਹਨਾ, ਕਿਉਂਕਿ ਉਦੋਂ ਵੀ ਕੋਵਿਡ ਦਾ ਕੁਛ ਪੰਗਾ ਸੀਗਾ, ਉਦੋਂ ਵੀ ਬਹੁਤ ਇਹੀ ਲੱਗ ਰਿਹਾ ਸੀਗਾ ਕਿ ਬਹੁਤ ਦੋ ਦਿਨਾਂ ਚ ਅਸੀਂ ਫਲਾਈਟ ਬੁੱਕ ਕਰਾਈ ਸੀ ਔਰ ਇੱਥੇ ਇਹਦਾ ਪਲਾਨ ਇੱਕਦਮ ਸਡਨ ਸੀਗਾ। ਹੁਣ ਜਾ ਵੀ ਉੱਦਾਂ ਹੀ ਰਹੀ ਹਾਂ, ਕੁਛ ਚੀਜ਼ਾਂ ਤਾਂ ਮਿਸ ਹੀ ਹੋ ਗਈਆਂ, ਲਿੱਤੀਆਂ ਹੀ ਨਹੀਂ। ਮੈਨੂੰ ਲੱਗ ਰਿਹਾ ਰੂਮੀਓ ਆ ਤਾਂ ਰਹਿ ਗਈ ਆ, ਆ ਤਾਂ ਆਪਾਂ ਸੋਚਿਆ ਸੀ ਮੈਂ ਲੈਣੀ ਆ, ਮੈਂ ਲਿੱਤੀਆਂ ਹੀ ਨਹੀਂ। ਬਾਕੀ ਲਗੇਜ ਦਾ ਜਿਹੜਾ ਵੇਟ ਆ ਉਹ ਵੀ ਬੜਾ ਉੱਪਰ ਥੱਲੇ ਰਿਹਾ, ਮਤਲਬ ਕਿ ਬੰਦੇ ਨੇ ਆ ਪਾਇਆ। ਰਾਤੀ ਅਸੀਂ 3:30 ਹੋ ਗਏ ਔਰ ਅਸੀਂ ਕਿੰਨੀਆਂ ਹੀ ਚੀਜ਼ਾਂ, ਮੈਂ ਆਪਣੇ ਖੁਦ ਦੇ ਕੱਪੜੇ ਕਿੰਨੇ ਕੱਢਤੇ। ਬੇਸਿਕਲੀ ਨਾ ਪ੍ਰੋਟੀਨ ਦਾ ਵੇਟ ਹੋ ਗਿਆ, ਮੇਰੇ ਬ੍ਰਦਰ ਔਰ ਮੇਰੀ ਸਿਸਟਰ ਨੇ ਪ੍ਰੋਟੀਨ ਕਰਕੇ ਉਹਨਾਂ ਦਾ ਸਾਰਾ ਮੈਸਟ ਅਪ ਹੋ ਗਿਆ ਮੇਰਾ ਵੇਟ। ਅਦਰਵਾਈਜ਼ ਮੈਂ ਆਪਣੇ ਕੱਪੜੇ ਖੁਦ ਦੇ ਕੱਢ ਕੇ ਜਾ ਰਹੀ ਹਾਂ, ਕਿੰਨੇ ਕੱਪੜੇ ਮੈਂ ਖੁਦ ਦੇ ਕੱਢੇ ਆਪਣੇ, ਕਿ ਸੋਚਿਆ ਸੀਗਾ ਰੂਮੀਓ ਦੀਆਂ ਕੁਛ ਡੈਨਿਮ ਸੀਗੀਆਂ, ਅਸੀਂ ਸੋਚਿਆ ਸੀ ਆਲਟਰ ਕਰਾ ਕੇ ਲੈ ਕੇ ਆਵਾਂਗੇ ਉੱਥੋਂ। ਇੱਥੇ ਤਾਂ ਲੱਭਣਾ ਪੈਂਦਾ ਪਹਿਲਾਂ ਤੁਸੀਂ ਦੇਖੋ ਜਾ ਕੇ ਕਿੱਥੋਂ ਔਰ ਫਿਰ ਤੁਹਾਨੂੰ ਫਿਟਿੰਗ ਕਿੱਦਾਂ, ਬਹੁਤ ਪ੍ਰੋਬਲਮ ਹੈ। ਫਿਰ ਅਸੀਂ ਕਿੰਨੇ ਆਪਣੇ ਕੱਪੜੇ ਕੱਢੇ ਆ ਵਾਪਸ ਤੋਂ ਔਰ ਦੇਖੋ ਕੁਛ ਚੀਜ਼ਾਂ ਤਾਂ ਮੈਂ ਹੱਥ 'ਚ ਹੀ ਫੜੀਆਂ ਹੋਈਆਂ ਹਨਾ, ਕਿ ਕਿਉਂਕਿ ਤੁਹਾਡੇ ਮੇਰੇ ਬੈਗ 'ਚ ਬਿਲਕੁਲ ਜਗ੍ਹਾ ਨਹੀਂ ਹੈ, ਨੈਕ ਟੂ ਨੈਕ ਭਰੇ ਪਏ ਹੈ। ਸੋ ਆਮ ਆਲਮੋਸਟ ਦੇਅਰ, ਪਹੁੰਚ ਗਏ ਅਸੀਂ ਏਅਰਪੋਰਟ। ਬਸ ਕਾਰ ਪਾਰਕ ਕਰਨੀ ਹੈ ਔਰ ਫਿਰ ਬਹੁਤ ਟਾਇਰਡ ਹੈ, ਦੋ ਦਿਨ ਤੋਂ ਉਹਦਾ ਸਕੈਜੂਲ ਮੈਸਟ ਅਪ ਹੋਇਆ ਹੋਇਆ ਪੂਰੀ ਤਰ੍ਹਾਂ ਔਰ ਕੱਲ੍ਹ ਰਾਤੀ ਤੋਂ ਬਹੁਤ ਜ਼ਿਆਦਾ ਹੋ ਗਿਆ। ਇਨਫੈਕਟ ਕਿ ਰਾਤੀ ਸੋਏ ਵੀ ਨਹੀਂ ਪ੍ਰੋਪਰ ਔਰ ਸਵੇਰੇ ਵੀ ਜਲਦੀ ਉੱਠ ਕੇ, ਐਂਡ ਫਿਰ ਰੋਮੀ ਨੇ ਮੈਨੂੰ ਚਾਹ ਬਣਾ ਕੇ ਪਿਲਾਈ।
बाद मेरी फ्लाइट है टू दिल्ली, इतनी ज़्यादा टायर्ड फील कर रही हूँ मैं, इतनी ज़्यादा टायर्ड और समझ ही नहीं आ रहा कि कितों ठीक करा। रोमियो के नाल इन्नी गंदी आदत पई हुई है मैनू कि रोमियो के नाल है ना हमेशा जाना, उन्हें टेक केयर करनी, हूँ मैं खुद देखना पै रहा मैं की करना है किदा करना है, थोड़ी मतलब कन्फ्यूज लग रही हूँ। रोमियो ने बहुत मिस कर रही हूँ और सेम टाइम पर एक्साइटेड भी हाँ कि घर जा रही हूँ है ना, सबने मिल रहा। मैं ड्यूटी फ्री तो थोड़ी शॉपिंग की है और है ना मैं आई वॉज मैं हमने रोमियो का कॉल आया तो मैंने दस दिन में की शॉप किया है। और हाँ तो खान की ऑप्शन समझ नहीं आ रही थी, मैं भुख इन्नी नहीं लग रही थी, राती मैं फ्लाइट के मील्स खाती हाँ, मे बी आई एम नॉट फीलिंग हंगी, तो फिर भी रोमियो कहता कि कुछ खा लै, तेरा स्टे बहुत लंबा वै इतने और फिर तेन भुख लगेगी बाद चू। फिर मैं लैम बिरयानी ऑर्डर की है, मैं वैसे बिरयानी इन्नी खाती नहीं पर लैम मैं अच्छा लग रहा है खाना। चॉकलेट्स बाय की है, ड्यूटी फ्री तो लिकर बाय की है पापा ली और प्रीत ली भी लिखते हैं कुछ है ना, गर्ल ड्रिंक पीती है, बहुत एक्साइटेड फील कर रही है कि घर जाके ब्रांडी नू मिलूंगी, मम्मा पापा प्रीत सारे है ना, तो एक सरप्राइज होर है, मैंने नहीं पता मैं ब्लॉग कदों पा रही हूँ। असी ना सरप्राइज किया बेसिकली है प्रीत ली प्लान, असी मैं और मेरा ब्रदर असी दोनों ने सरप्राइज देना है करके असं इंडिया आ रहे हैं, पर मैं पहला फ्लाई कर रही हूँ, वो मेरे तो दो दिन बाद फ्लाई कर रहे हैं। सो जो मैं पहुँचूँगी वो फ्लाइट हूँ एक नू है, सो फर्स्ट टाइम आ रहे हैं जदा वह इंडिया तो गया, आई बिलीव 5 ईयर्स बाद आ रहे हैं वो। सो असी सारे सिबलिंग्स और फैमिली एज एन मतलब इमेजिन करो 5 ईयर्स बाद इकट्ठे हो रहे हैं, 5 साल बाद सारे एक बार इकट्ठे होंगे, किमें लगेगा ना, छोटे होंगे तो चला गया सीगा जो ही बहुत आई बिलीव 18 और 19 हाँ तो ही वॉज इन 12 तो वो चला गया सी उदो, तो उस तो बाद हूँ आ रहा पहली बारी, वो तो बहुत चेंजेस लगने उन्होंने बहुत डिफरेंट लगना है। मेरे को ना इन्नी हैवी मील्स नहीं खादी जाती कल्ले, मैं बहुत औखा लगता है खाना, मैंने उन्हें कुछ शेयर करे मेरे नाल, मैं कल्ली नहीं खा सकती फूड। मैं हमने रोमियो ने पूछे तो मेरे बिना किमें लग्या है ना, तो मैंने जो छड के गए तुम घर गए तो किमें लग्या की मिस किया सब दसो, सोचो उन्हें मैंने की क्या मैं घर आके एक घंटा पहला डिशेज कितिया जरिया मेरिया जड़िया मैं छट के गई थी क्या डिशेज कितिया एक घंटा, फिर उस तो बाद मैं चिकन और राइस बनाए, फिर उस तो बाद मैं इन्ना टायर्ड हो गया, इन्ना टायर्ड हो गया कि मैं ऐ लगे नींद आ गई और घर थोड़ा खाली खाली लग रहा है। मैं भी ना जो मैं छट के गया मैं भी ऑलमोस्ट एक बार तो दिल में कुछ होया मेरे मैं मैंने रोना आया है ना कि मैं मिस एकदम तुम कला फील कर रहे हो कोई थोड़े नाल 24/7 है और सडन नाउ टाइम हो गया है अराउंड 1:15 सो वेट कर रही हूँ मैं अपनी दूजी फ्लाइट लई ऑफ जी दिल्ली जानी है, तो बहुत ज़्यादा टायरिंग हो गया सीगा और बस हुई पी है यार, मैं मैं लग रहा है मैं 2 दिन पूरे प्लेन दे विच सीगी और पूरे 2 दिन लग गए, 27 तो मैं उतों LAX तो चढ़ी और आई गेस इंडिया 29 हो गई है और हज तक नहीं लग रहा है मैं प्लेन चाह 2 दिन, तो मेरे 2 दिन ऑलरेडी इदा ही वेस्ट हो गए प्लेन दे विच, एक दिन मैं ट्रैवल करना है दिल्ली टू पंजाब, सो आई मीन 3 दिन इदा वेस्ट हो गए, 3 दिन वापस इदा चले जाने हैं जो मैं इंडिया तो निकलना है LAX वापस, सो 3 दिनों मेरे वेस्ट हो गए। मेरी छुट्टियाँ मैंने सिर्फ 20 मिलिया सी और 6 दिन तो मेरे ट्रैवल से ही निकल रहे हैं, सो बहुत ज़्यादा टायर्ड आ राइट नाउ
ਐਵੇਂ ਲੱਗ ਰਿਹਾ ਕਿ ਇੱਕ ਦਿਨ ਜਾ ਕੇ ਜੈਟ ਲੈਗ ਪੂਰੀ ਨੀਂਦ ਪੂਰੀ ਕਰੂੰਗੀ ਔਰ ਕਿੰਨੀਆਂ ਚੀਜ਼ਾਂ ਕਰੂੰਗੀ ਮੈਂ, ਮਤਲਬ ਜਾ ਕੇ ਕਿਵੇਂ ਰਿਐਕਟ ਕਰੂੰਗੀ, ਹੈ ਨਾ, ਸਭ ਕੁਛ ਅਜੀਬ ਲੱਗ ਰਿਹਾ। ਪਰ ਹਾਂ ਸੱਚੀ, ਜਦੋਂ ਲੋਕ ਕਹਿੰਦੇ ਹੁੰਦੇ ਸੀ ਨਾ ਕਿ ਤੁਸੀਂ ਇੰਡੀਆ ਜਾਂਦੇ ਹੋ, ਤੁਹਾਡਾ ਆਪਣਾ ਘਰ ਹੈ, ਤੁਹਾਡਾ ਕੋਈ ਖਰਚਾ ਨਹੀਂ ਹੋਣਾ, ਮੈਨੂੰ ਲੱਗਦਾ ਉਲਟਾ ਹੈ, ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਦੋਂ ਤੁਸੀਂ ਇੰਡੀਆ ਪਲਾਨ ਕਰਦੇ ਹੋ। ਆਈ ਮੀਨ ਤੁਹਾਡੀ ਸਾਰਿਆਂ ਲਈ ਕੁਛ ਨਾ ਕੁਛ ਚੀਜ਼ਾਂ ਛੋਟੀਆਂ 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 ਕਰਦੇ ਹੋਏ ਵੀ ਡਿਊਟੀ ਫਰੀ ਤੋਂ ਸ਼ਾਪਿੰਗ, ਮੈਨੂੰ ਸੀਗਾ ਕਿ ਮੈਂ ਹੁਣ ਮੇਰਾ ਖਰਚਾ ਜੋ ਹੋ ਗਿਆ ਹੁਣ ਇਸ ਤੋਂ ਬਾਅਦ ਮੈਂ ਕੁਛ ਬਾਏ ਨਹੀਂ ਕਰੂੰਗੀ। ਪਰ ਹਾਂ ਡਿਊਟੀ ਫਰੀ ਤੋਂ ਫਿਰ ਥੋੜ੍ਹਾ ਕੁਛ ਬਾਏ ਕਰ ਲੈਂਦੇ ਹਾਂ ਆਪਾਂ, ਦੇਖ ਕੇ ਕਿ ਆਹ ਵਧੀਆ ਲੱਗ ਰਿਹਾ। ਸੋ ਮੈਂ ਕਾਫੀ ਲਿੱਤੀ, ਬੜੀ ਦੇਰ ਬਾਅਦ ਕੋਸਟਾ ਕਾਫੀ ਪੀਤੀ, ਸਟਾਰਬਕਸ ਪੀ ਕੇ ਨਾ ਬੋਰ ਹੋ ਗਏ ਸੀਗੇ ਕਿ ਸਟਾਰਬਕਸ ਹੀ ਪੀ ਜਾ ਰਹੇ ਹੋ, ਪਰ ਗੁੱਡ, ਵਾਪਿਸ ਆ ਕੇ ਅੱਛਾ ਲੱਗ ਰਿਹਾ ਹੈ। ਮੇਰੀ ਦੀਦੀ ਕੀ ਬਸ ਔਰ ਆਈ ਡੋਨਟ ਨੋ ਵੀ ਕਬ ਉਤਰਨੇ ਵਾਲੇ ਹੈ। ਆਮ ਵੇਟਿੰਗ। ਹਾਈ, ਆਈ ਸੋ ਵੈਲਕਮ ਬੇਬੀ। ਬੈਲੂਨਸ ਉਤਰ ਗਏ। ਕੌਣ ਹੈ ਬੱਬਲੂ? ਰੈਡੀ ਵੀਡੀਓ ਅਮਾ ਚਾਹ ਅੰਦਰ। ਵਾਹ ਵਾਹ ਵਾਹ, ਕੈਸੇ ਹੋ? ਕਮਾਲ ਹੈ। ਹੈਲੋ, ਹਾਏ, ਕੈਸੇ ਹੋ? ਅੱਛਾ, ਸੇ ਮਤ ਸੁਣੋ। ਹਾਂ, ਮੈਂ ਤਾਂ ਨਾ ਫੋਨ ਕਰ। ਐਸੇ ਆਪਕਾ ਬਲਰ ਕਿਉਂ? ਸ਼ਰਟ ਸਹੀ ਕਰ। ਫੋਨ ਕਰਤਾ ਹੂੰ ਨਾ, ਉਧਰ ਫੋਨ ਥਾ ਨਹੀਂ ਉਸਕੇ ਬਾਅਦ। ਦੋ ਮਿੰਟ ਦਾ। ਮਾਰ ਯਾਰ। ਪਤਾ ਕੀ? ਹਾਈ, ਮੇਰੇ ਕੋਲ ਅਗਰ ਇਹਦੇ 'ਚ ਨਿਕਲੀ ਨਹੀਂ ਅਭੀ, ਅੰਦਰ ਹੀ ਹੈ। ਮੈਂ ਤਾਂ ਹੀ ਕਹਿ ਰਹੀ ਜਵਾਬ ਦੇ।